ਅਛਾ ਵੀਰੋ ਲਗਾਤਾਰ ਜਿਹੜੀਆਂ ਉਹ ਮੈਂ ਸ਼ੇਅਰ ਮਾਰਕੀਟ ਹੋ ਗਿਆ ਸੋਨਾ ਹੋ ਗਿਆ ਜਾਂ ਫਿਰ ਜਿਹੜੇ ਇਨਵੈਸਟਮੈਂਟ ਪਲਾਨਸ ਹੁੰਦੇ ਆ ਉਹਨਾਂ ਦੇ ਬਾਰੇ ਦੱਸਦਾ ਰਹਿਣਾ ਆ ਸੋ ਅੱਜ ਦੀ ਵੀਡੀਓ ਜਿਹੜੀ ਆ ਉਹ ਧਿਆਨ ਨਾਲ ਜਿਹੜੀ ਉਹ ਸੁਣੀਓ ਸੋ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਿਹਾ ਆ ਕਿ ਕੋਵਿਡ ਜਿਹੜਾ ਆ ਤੇ ਉਹਦੇ ਵਿੱਚ ਚਾਹੇ ਮੰਦੀ ਆਈ ਚਾਹੇ ਮਹਿੰਗਾਈ ਆਈ ਲੇਕਿਨ ਜਿਹੜਾ ਸੋਨਾ ਸੀਗਾ ਉਹ ਲਗਾਤਾਰ ਉੱਪਰ ਚੜਦਾ ਰਿਹਾ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਿਆ ਸ਼ੇਅਰ ਮਾਰਕੀਟ ਜਿਹੜੀ ਆ ਉਹ ਕਿੱਦਾਂ ਜਕਦਮ ਥੱਲੇ ਡਿੱਗ ਗਈ ਲੇਕਿਨ ਸਭ ਤੋਂ ਵਧੀਆ ਜਿਹੜੀ ਰਿਟਰਨ ਆ ਉਹ ਸੋਨੇ ਨੇ ਦਿੱਤੀ ਸੋਨੇ ਨੇ 15 ਸਾਲਾਂ ਦੇ ਵਿੱਚ ਸ਼ੇਅਰ ਬਾਜ਼ਾਰ ਤੋਂ ਲਗਭਗ 178% ਤੇ FD ਤੋਂ 164% ਜ਼ਿਆਦਾ ਰਿਟਰਨ ਦਿੱਤੀ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸੋਨਾ ਇਸ ਸਾਲ ਜਿਹੜਾ ਉਹ 64000 ਦੇ ਕਰੀਬ ਜਾਏਗਾ ਲੇਕਿਨ ਜਿਵੇਂ ਜਿਵੇਂ ਸ਼ੇਅਰ ਮਾਰਕੀਟ ਚੜ੍ਹੇਗੀ ਤਾਂ ਸੋਨੇ ਦੇ ਭਾਅ ਆਖਰ ਦੇ ਵਿੱਚ 2023 ਦੇ ਥੋੜਾ ਬਹੁਤ ਘਟਣਗੇ ਵੀ ਸੋ ਜੇਕਰ ਅਸੀਂ ਗੱਲ ਕਰੀਏ ਪਿਛਲੇ 20 ਸਾਲਾਂ ਦੀ ਤੇ ਸੋਨੇ ਨੇ 952% ਦਾ ਰਿਟਰਨ ਦਿੱਤਾ ਸੋ ਕੀਮਤਾਂ ਜਿਹੜੀਆਂ ਸੋਨੇ ਦੀਆਂ ਉਹ ਆਸਮਾਨ ਛੂਹ ਰਹੀਆਂ ਆ 15 ਸਾਲਾਂ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ 366% ਦਾ ਰਿਟਰਨ ਦਿੱਤਾ ਜੋ ਕਿ ਸ਼ੇਅਰ ਮਾਰਕੀਟ ਤੇ ਐਫਟੀ ਤੋਂ ਬਹੁਤ ਜ਼ਿਆਦਾ ਸੀਗਾ ਵੀਰੋ 2020 ਤੇ 21 ਦੇ ਵਿੱਚ ਦੁਨੀਆ ਭਰ ਦੀਆਂ ਜਿਹੜੀਆਂ ਅਰਥਵਿਵਸਥਾਵਾਂ ਆ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਲਾਕਡਾਊਨ ਲੰਬੇ ਲੱਗੇ ਸਾਰਿਆਂ ਨੂੰ ਪਤਾ ਆ ਜਿਹੜਾ ਉਦਯੋਗ ਸੀਗਾ ਉਹਦਾ ਉਤਪਾਦਨ ਘਟਿਆ ਲੇਕਿਨ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਆਈ ਕਿ ਸੋਨੇ ਵਿੱਚ ਲੋਕਾਂ ਨੇ ਚਾਹੇ ਉਹ ਸੈਂਟਰਲ ਬੈਂਕਾ ਹੋਣ ਕਿਸੇ ਵੀ ਮੁਲਕ ਦੀਆਂ ਚਾਹੇ ਲੋਗ ਹੋਣ ਉਹਨਾਂ ਨੇ ਜਿਹੜਾ ਉਹ ਆਪਣਾ ਨਿਵੇਸ਼ ਸੀਗਾ ਉਹ ਵਧਾਤਾ ਚਾਹੇ ਜੇਕਰ ਅਸੀਂ ਦੇਖਿਆ ਜਾਵੇ ਮਹਿੰਗਾਈ ਵਧੀ ਲੇਕਿਨ ਉਹਦੇ ਨਾਲ ਜਿਹੜਾ ਆ ਉਹ ਸੋਨੇ ਦੇ ਭਾਅ ਵੀ ਜਿਹੜੇ ਵਧੇ ਸੋ ਅੱਗੇ ਜੇਕਰ ਅਸੀਂ ਗੱਲ ਕਰੀਏ ਤਾਂ ਵੀਰੋ ਮੈਂ ਤੁਹਾਨੂੰ 20 ਸਾਲ ਦੇ ਨਿਵੇਸ਼ ਦੇ ਵਿੱਚ ਜੇਕਰ ਤੁਸੀਂ ਦੇਖਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਤੇ ਜੇਕਰ 5000 ਦਾ ਕੋਈ ਬੰਦਾ ਇਨਵੈਸਟਮੈਂਟ ਕਰਦਾ ਆ ਤੇ ਉਹਨੂੰ ਜਿਹੜਾ ਆ ਕਿੰਨਾ ਐਸੈਟ ਜਿਹੜਾ ਉਹ ਹੋ ਜਾਂਦਾ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਆ ਸੋ ਜਿਹੜਾ ਐਸੈਟ ਆ ਉਹਨੂੰ ਆਪਾਂ ਸੋਨਾ ਲਈਏ ਤਾਂ 5 ਸਾਲ ਦੇ ਲਈ ਜੇਕਰ ਅਸੀਂ ਇਹਨੂੰ ਦੇਖੀਏ ਤਾਂ 9368 ਲਗਭਗ 87% ਦੀ ਗਰੋਥ ਤੇ 20 ਸਾਲ ਚ ਜੇ ਦੇਖੀਏ ਤਾਂ 52000 590 ਜੋ ਕਿ 952% ਦੀ ਗ੍ਰੋਥ ਬਣਦੀ ਆ ਅੱਗੇ ਸ਼ੇਅਰ ਮਾਰਕੀਟ ਜਿਵੇਂ ਆਪਾਂ ਦੇਖੀਏ ਤੇ 5 ਸਾਲ ਲਗਭਗ 8229 ਤੇ ਜੇਕਰ 20 ਸਾਲ ਦੇਖੀਏ ਤੇ 90200 ਐਫਟੀ ਦੇ ਵਿੱਚ 7267 ਤੇ ਜੇਕਰ 20 ਸਾਲ ਦਾ ਦੇਖੀਏ 22307 ਸੋ ਤੁਸੀਂ ਗ੍ਰੋਥ ਦੇਖ ਲਓ ਕਿੰਨੀ ਆ ਸੋਨੇ ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੋਥ ਆ ਸੋ ਵੀਰੋ ਇਹ ਮੈਂ 5000 ਦੀ ਐਗਜ਼ਾਮਪਲ ਲੈ ਕੇ ਚੱਲੇ ਆਇਆ ਬਾਕੀ ਕੋਈ ਨਿਵੇਸ਼ ਜਿਹੜਾ ਆ ਉਹ ਜ਼ਰੂਰ ਕਰਿਆ ਕਰੋ ਕਿਸੇ ਵੀ ਚੀਜ਼ ਦੇ ਵਿੱਚ ਪੈਸਾ ਜ਼ਰੂਰ ਲਗਾਇਆ ਕਰੋ ਆਪਣੀ ਸੋਚ ਤੇ ਸਮਝ ਦੇ ਨਾਲ। ਬਾਕੀ ਦੋਸਤੋ ਖੁਸ਼ ਰਹੋ ਤੇ ਜ਼ਿੰਦਗੀ